ਸਭ ਤੋਂ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਦੂਜੀ ਗੱਲ ਵੀਰ, ਆਪਣਾ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ। ਸਕਰੀਨ ਦੇ ਉੱਤੇ ਲਿਖਿਆ ਆ ਰਿਹਾ ਵੀਰ, ਨੰਬਰ ਹੈ ਵੀਰ 7963 29488। ਇਸੇ ਨੰਬਰ 'ਤੇ ਜੇ ਕਿਸੇ ਵੀਰ ਨੇ ਐਡ ਕਰਾਉਣੀ ਹੈ ਤਾਂ ਇਸੇ ਨੰਬਰ 'ਤੇ 5-7 ਫੋਟੋਆਂ ਅਤੇ 2 ਮਿੰਟ ਦੀ ਵੀਡੀਓ ਅਤੇ ਬਾਕੀ ਸਾਰੀ ਜਾਣਕਾਰੀ ਆਪਾਂ ਨੂੰ ਭੇਜ ਦਿਓ ਅਤੇ ਆਪਾਂ ਤੁਹਾਡੀ ਐਡ ਆਪਣੇ ਚੈਨਲ 'ਤੇ ਕਰ ਦਾਂਗੇ ਜੀ। ਅਤੇ ਇੱਕ ਗੱਲ ਹੋਰ ਵੀਰ, ਜਦੋਂ ਆਪਣੇ ਕੋਲ ਮਸ਼ੀਨਰੀ ਭੇਜਦੇ ਹੋ ਤੁਸੀਂ ਐਡ ਕਰਾਉਣ ਵਾਸਤੇ, ਅਤੇ ਜਿਹੜਾ ਉਹਨਾਂ ਦਾ ਰੇਟ ਹੁੰਦਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਿਆ ਕਰੋ ਜੀ। ਅਤੇ ਹੁਣ ਆਪਾਂ ਵੀਡੀਓ ਸਟਾਰਟ ਕਰਦਾ ਜੀ। ਬਹੁਤ ਸੋਹਣੀਆਂ ਟੌਪ ਦੀਆਂ ਗੱਡੀਆਂ ਨੇ ਆਪਣੇ ਕੋਲ ਅੱਜ, ਐਂਡ ਤੱਕ ਆਪਣੀ ਵੀਡੀਓ ਨਾਲ ਜ਼ਰੂਰ ਬਣੇ ਰਹੋ ਜੀ। ਅਤੇ ਹੁਣ ਆਪਾਂ ਗੱਡੀ ਦੀ ਗੱਲ ਕਰਦੇ ਜੀ। ਆਪਣੇ ਕੋਲ ਸਭ ਤੋਂ ਪਹਿਲੀ ਗੱਡੀ ਸਵਿਫਟ ਪਹੁੰਚੀ ਜੀ, 2010 ਮਾਡਲ ਹੈ ਗੱਡੀ ਆਹ, ਅਤੇ ਕੰਡੀਸ਼ਨ ਦੀ ਵਧੀਆ, 2010 ਮਾਡਲ ਹੈ, ਪੰਜਾਬ ਦੀ NOC ਮਿਲ ਜੂਗੀ, 1,95,000 ਡਿਮਾਂਡ ਹੈ, ਮਾਨਸਾ ਖੜੀ ਹੈ ਵੀਰ, ਅਤੇ CNG 'ਤੇ ਗੱਡੀ ਵੀਰ ਨੇ ਕਰਵਾਈ ਹੋਈ ਹੈ। ਨੰਬਰ ਨੋਟ ਕਰ ਲਓ ਜੀ, 8164-64-94-204, ਅਤੇ ਫੋਨ ਕਰਕੇ ਇਹਨਾਂ ਨੂੰ ਅਤੇ ਜਾ ਕੇ ਦੇਖ ਕੇ ਡੀਲ ਗੱਡੀ ਦੀ ਕਰ ਸਕਦੇ ਹੋ ਜੀ। ਅਤੇ ਸੈਕਿੰਡ ਗੱਡੀ ਵੀਰ ਆਪਣੇ ਕੋਲ ਅਲਟੋ ਪਹੁੰਚੀ ਹੈ ਜੀ, ਪਿੰਡ ਪੈ ਜਾਂਦਾ ਇਹਨਾਂ ਦਾ ਸਰਦੂਲਗੜ੍ਹ, ਸਿਟੀ ਸਰਦੂਲਗੜ੍ਹ ਹੈ ਜੀ, ਡਿਸਟ੍ਰਿਕਟ ਮਾਨਸਾ, 2012 ਮਾਡਲ ਹੈ ਗੱਡੀ, 1,70,000 ਡਿਮਾਂਡ ਰੱਖੀ ਹੈ, ਪੂਰੀ ਵਧੀਆ ਗੱਡੀ ਹੈ ਵੀਰ, ਚਲਾਉਣ 'ਚ ਕੋਈ ਕਮੀ ਨਹੀਂ, ਪੂਰੀ ਸਾਫ਼ ਓਕੇ ਹੈ। ਅਤੇ ਨੰਬਰ ਨੋਟ ਕਰ ਲਓ ਜੀ ਮਾਲਕ ਵੀਰ ਦਾ, 6238-98-032-51, ਅਤੇ ਇਹਨਾਂ ਨੂੰ ਫੋਨ ਕਰਕੇ ਡੀਲ ਗੱਡੀ ਦੀ ਕਰ ਸਕਦੇ ਹਾਂ ਜੀ। ਅਤੇ ਅੱਗੇ ਵੀਰ ਆਪਣੇ ਕੋਲ ਏਸੈਂਟ ਗੱਡੀ ਆਈ ਹੈ ਜੀ, 2006 ਮਾਡਲ ਹੈ, ਅਤੇ 2024 ਤੱਕ ਗੱਡੀ ਦੀ ਪਾਸਿੰਗ ਹੈ ਜੀ, 90,000 ਵੀ ਨੇ ਡਿਮਾਂਡ ਰੱਖੀ ਹੈ, ਅਤੇ 70 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ, ਅਤੇ 18 ਤੋਂ ਉੱਤੇ ਵੀਰ ਨੇ ਕਿਹਾ ਗਾ ਐਵਰੇਜ ਗੱਡੀ ਦਿੰਦੀ ਹੈ ਜੀ। ਅਤੇ ਦਿੱਲੀ ਨੰਬਰ ਹੈ, ਵਧੀਆ ਕੰਡੀਸ਼ਨ ਹੈ ਗੱਡੀ ਦੀ। ਅਤੇ ਨੰਬਰ ਨੋਟ ਕਰ ਲਓ ਜੀ, 98778-52779, ਅਤੇ ਇਹਨਾਂ ਨੂੰ ਫੋਨ ਕਰਕੇ ਜੀ ਅਤੇ ਡੀਲ ਗੱਡੀ ਦੀ ਕਰ ਸਕਦੇ ਹੋ। ਅੱਗੇ ਵੀਰ ਆਪਣੇ ਕੋਲ ਬੀਟ ਗੱਡੀ ਪਹੁੰਚੀ ਹੈ ਜੀ, 2012 ਮਾਡਲ ਹੈ, ਅਤੇ ਕੰਡੀਸ਼ਨ ਵਧੀਆ ਹੈ, ਅਲਾਏ ਲੱਗੇ ਨੇ, ਸੰਗਰੂਰ ਕੋਲ ਇਹਨਾਂ ਦਾ ਪਿੰਡ ਹੈ ਜੀ, ਹੀਰੋਨ ਕਲਾਮ, ਉੱਥੇ ਗੱਡੀ ਖੜੀ ਆ, ਡਿਮਾਂਡ ਰੱਖਿਆ ਵੀ ਇਹਨੇ 1,20,000, ਅਤੇ ਡੀਜ਼ਲ 'ਤੇ ਆਹ ਗੱਡੀ ਹੈ ਜੀ, ਕੰਡੀਸ਼ਨ ਦੀ ਵਧੀਆ, ਅੰਦਰੋਂ ਵਧੀਆ ਪਈ ਹੈ, ਬਾਹਰੋਂ ਵੀ ਵਧੀਆ ਪਈ ਹੈ। ਨੰਬਰ ਨੋਟ ਕਰ ਲਓ ਜੀ, 98-158-52-269, ਅਤੇ ਫੋਨ ਕਰਕੇ ਜੀ ਇਹਨਾਂ ਨੂੰ ਅਤੇ ਜਾ ਕੇ ਦੇਖ ਕੇ ਡੀਲ ਗੱਡੀ ਦੀ ਕਰ ਸਕਦੇ ਹੋ ਜੀ। ਅਤੇ ਅੱਗੇ ਵੀਰ ਆਪਣੇ ਕੋਲ ਏਸੈਂਟ ਗੱਡੀ ਪਹੁੰਚੀ ਜੀ, ਪੈਟਰੋਲ 'ਤੇ ਹੈ ਜੀ, CNG 'ਤੇ ਵੀ ਹੈਗੀ ਹੈ, 2006 ਮਾਡਲ ਹੈ, ਅਤੇ NOC ਮਿਲ ਜੂਗੀ, AC ਹੀਟਰ ਸੈਂਟਰ ਲੋਕ ਸਾਰਾ ਕੁਛ ਓਕੇ ਹੈ ਜੀ, ਅਤੇ 95,000 ਡਿਮਾਂਡ ਹੈ, ਅਤੇ ਗੱਡੀ ਵੀਰ ਆਹ ਤਲਵੰਡੀ ਸਾਬੋ ਖੜੀ ਹੈ। ਨੰਬਰ ਸਕਰੀਨ 'ਤੇ ਆ ਮਾਲਕ ਵੀਰ ਦਾ, ਇਹਨਾਂ ਦਾ ਨੰਬਰ ਨੋਟ ਕਰ ਲਓ ਅਤੇ ਜਾ ਕੇ ਦੇਖ ਕੇ ਡੀਲ ਗੱਡੀ ਦੀ ਕਰ ਸਕਦੇ ਹੋ ਜੀ। ਅਤੇ ਅੱਜ ਲਈ ਇਹਨੇ ਵੀਰ, ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ, ਵੀਡੀਓ ਵਧੀਆ ਲੱਗੀ ਲਾਈਕ ਕਰ ਦਿਉ, ਸ਼ੇਅਰ ਕਰ ਦਿਉ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਉ ਵੀਰ, ਤੁਹਾਡੇ ਕਰਕੇ ਆਪਣਾ ਚੈਨਲ ਹੈ ਜੀ, ਸਪੋਰਟ ਕਰਿਆ ਕਰੋ ਵੀਰ ਅੱਗੇ ਵੱਧ ਤੋਂ ਵੱਧ ਜਿੰਨਾ ਹੋ ਸਕਦਾ, ਅਤੇ ਸ਼ੇਅਰ ਮਾਰ ਦਿਉ ਵੀਡੀਓ ਨੂੰ, ਅਤੇ ਅੱਜ ਦਾ ਆਪਣਾ 1,000 ਲਾਈਕ ਦਾ ਟਾਰਗੇਟ ਹੈ ਜੀ, ਕੰਪਲੀਟ ਕਰਵਾ ਦਿਓ ਜੀ, ਦੇਖਦੇ ਕਿੰਨੇ ਟਾਈਮ 'ਚ ਕੰਪਲੀਟ ਹੁੰਦੇ ਆ 1,000 ਲਾਈਕ। ਅਤੇ ਮਿਲਦੇ ਜੀ ਜਲਦੀ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਅਤੇ ਨਵੀਂ ਮਸ਼ੀਨਰੀਆਂ ਦੇ ਨਾਲ ਜੀ, ਅਤੇ ਜੁੜੇ ਰਹੋ ਜੀ ਆਪਣੇ ਚੈਨਲ ਦੇ ਨਾਲ।